ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Hello friends, so question is, what is the effect of temperature on the rate constant of reaction? How can this effect of temperature on rate constant be represented quantitatively? So sab to pehle ta apan dasna hai if temperature da ki effect hunda rate constant of reaction de upar. So rate constant jehda oh increase hunda with increase in temperature. So rate constant increases with increasing temperature. And अगला है अपना इन दसने भी कितना अपन quantitatively represent करते हैं. So इन आप रिप्रेजेंट कर दें बाय आर्किमिडीज इक्वेशन नाम आर्किमिडीज इक्वेशन। सो आर्किमिडीज इक्वेशन की होती है अपने को के रेट कांस्टेंट डायरेक्टली प्रोपोर्शनल होता है ई रेज टू पावर ई ए अपॉन आर टी। सो जो आप प्रोपोर्शनैलिटी कांस्टेंट हटावे तो ਪ੍ਰੋਪੋਰਸ਼ਨੈਲਿਟੀ ਦਾ ਸੈਂਟਰ ਟਾਵਾਂਗੇ ਤਾਂ ਇੱਥੇ ਪ੍ਰੋਪੋਰਸ਼ਨੈਲਿਟੀ ਕਾਂਸਟੈਂਟ ਆ ਜਾਏਗਾ। ਸੋ ਇੱਥੇ ਏ ਆ ਗਿਆ ਜਿਹੜਾ ਪ੍ਰੋਪੋਰਸ਼ਨੈਲਿਟੀ ਕਾਂਸਟੈਂਟ ਹੈ। ਸੋ ਈ ਰੇਸ ਟੂ ਪਾਵਰ ਮਾਈਨਸ ਈ ਏ ਅਪੋਨ ਆਰ ਟੀ। ਸੋ ਹੁਣ ਆਪਾਂ ਇਹਦੇ ਵਿੱਚ ਕਿਹਾ ਰੇਟ ਕਾਂਸਟੈਂਟ ਜਿਹੜਾ ਇਨਕਰੀਜ਼ ਕਰਦਾ ਹੈ ਵਿਦ ਇਨਕਰੀਜ਼ ਇਨ ਟੈਂਪਰੇਚਰ। ਸੋ ਰੇਟ ਕਾਂਸਟੈਂਟ ਕੇ ਆਪਣੇ ਕੋਲ ਰੇਟ ਕਾਂਸਟੈਂਟ ਹੈ ਉਹ ਇਨਕਰੀਜ਼ ਕਰਦਾ ਵਿਦ ਇਨਕਰੀਜ਼ ਇਨ ਟੈਂਪਰੇਚਰ। ਸੋ ਟੈਂਪਰੇਚਰ ਆਪਣੇ ਕੋਲ ਜੇ ਮੰਨ ਲਓ ਇਹ ਹੈ ਟੈਂਪ ਈ ਏ ਅਪੋਨ ਆਰ ਟੀ जो टैंपरेचर इनक्रीज किया एंड ये टैंपरेचर की किसी चीज़ के अपॉन से। सो जो किसी चीज़ के नीचे वाली वैल्यू ज़्यादा होगी तो ओवरऑल वैल्यू घट जाती। सो जो टी ज़्यादा है मीनस ये आंसर आएगा घट आएगा ओवरऑल आंसर घट आएगा। सो जो हम ये माइनस साइन है सो जो माइनस साइन है सो ये जो आंसर ये घट है सो ये ਆਪੇ ਕੀ ਹੋ ਜਾਏਗਾ ਮਾਈਨਸ ਸਾਈਨ ਹੋਣ ਕਰਕੇ ਹੀ ਜ਼ਿਆਦਾ ਇਨਕਰੀਜ਼ ਹੋ ਜਾਏਗਾ। ਮੀਨਸ ਜਦੋਂ ਪਹਿਲਾਂ ਤਾਂ ਇਹ ਟੀ ਜ਼ਿਆਦਾ ਸੀ ਸੋ ਇਹ ਟੀ ਸੀਗਾ ਜਿਹੜਾ ਡਿਵਾਈਡ ਦੇ ਵਿੱਚ ਸੀ ਟੈਂਪਰੇਚਰ ਡਿਵਾਈਡ ਦੇ ਵਿੱਚ ਸੀ। ਸੋ ਇਹਦਾ ਆਂਸਰ ਘੱਟ ਗਿਆ। ਸੋ ਜਦੋਂ ਇਹਦੋਂ ਹੀ ਨੈਗੇਟਿਵ 'ਚ ਹੋ ਗਿਆ ਜੇ ਨੈਗੇਟਿਵ 'ਚ ਹੋ ਗਿਆ ਮਤਲਬ ਜਿਹੜਾ ਘੱਟ ਸੀ ਵੈਲਿਊ ਉਹਦਾ ਨੈਗੇਟਿਵ ਸਾਈਨ ਆ ਗਿਆ ਮੀਨਸ ਉਹ ਇਨਕਰੀਜ਼ ਹੋ ਗਈ। ਸੋ ਮਾਈਨਸ ਈ ਜਦੋਂ ਹੋਏਗਾ ਮਾਈਨਸ ਈ ਅਪੋਨ ਆਰ ਟੀ ਕੀ ਹੋ ਜਾਏਗਾ ਇਨਕਰੀਜ਼ ਹੋ ਜਾਏਗਾ। ਜੇ ਪੋਜ਼ਿਟਿਵ ਵਾਲਾ ਈ ਏ ਦੀ ਵੈਲਿਊ ਡਿਕਰੀਜ਼ ਹੈ ਤਾਂ ਉਹਦੀ ਮਾਈਨਸ ਦੀ ਵੈਲਿਊ ਜ਼ਿਆਦਾ ਹੋ ਜਾਏਗੀ। ਇੱਥੋਂ ਕੀ ਪਤਾ ਲੱਗਦਾ ਜਦੋਂ ਆਪਾਂ ਟੈਂਪਰੇਚਰ ਵਧਾਉਂਦੇ ਹਾਂ ਕਿਉਂਕਿ ਆਰ ਈ ਇਸ ਇਕੁਏਸ਼ਨ ਦੇ ਵਿੱਚ ਤਾਂ ਆਪਣੇ ਕੋਲ ਮਾਈਨਸ ਈ ਅਪੋਨ ਮਾਈਨਸ ਈ ਏ ਅਪੋਨ ਆਰ ਟੀ ਏ। ਸੋ ਜਦੋਂ ਆਪਾਂ ਮਾਈਨਸ ਈ ਏ ਅਪੋਨ ਦੀ ਵੈਲਿਊ ਮੀਨਸ ਟੀ ਦੀ ਵੈਲਿਊ ਵਧਾਉਂਦੇ ਹਾਂ ਤਾਂ ਓਵਰਆਲ ਇਹਦੀ ਵੈਲਿਊ ਇਨਕਰੀਜ਼ ਹੁੰਦੀ ਹੈ। ਸੋ ਇੱਥੇ ਕੀ ਹੁੰਦਾ ਜੇ ਟੈਂਪਰੇਚਰ ਇਨਕਰੀਜ਼ ਕਰਦਾ ਹੈ ਤਾਂ ਓਵਰਆਲ ਆਪਣੇ ਕੋਲ ਕੇ ਰੇਟ ਕਾਂਸਟੈਂਟ ਵੀ ਇਨਕਰੀਜ਼ ਕਰੇਗਾ। ਸੋ ਇਹਦਾ ਮੇਨ ਰੀਜ਼ਨ ਇਹ ਆ ਰੇਟ ਕਾਂਸਟੈਂਟ ਇਨਕਰੀਜ਼ ਹੁੰਦਾ ਜਦੋਂ ਟੈਂਪਰੇਚਰ ਇਨਕਰੀਜ਼ ਕਰਦੇ ਹਾਂ। ਸੋ ਉਹਦਾ ਮੇਨ ਰੀਜ਼ਨ ਇਹ ਆ ਕਿਉਂਕਿ ਇਹਦੀ ਪੋਜ਼ਿਟਿਵ ਦੇ ਵਿੱਚ ਵੈਲਿਊ ਘੱਟ ਹੁੰਦੀ ਹੈ ਜਦੋਂ ਇਹਦਾ ਨੈਗੇਟਿਵ ਲੈ ਲਿਆ ਆਪਾਂ ਤਾਂ ਉਹਦੀ ਵੈਲਿਊ ਜ਼ਿਆਦਾ ਹੁੰਦੀ ਗਈ। ਸੋ ਟੈਂਪਰੇਚਰ ਇਨਕਰੀਜ਼ ਦੇ ਹੋਣ ਦੇ ਨਾਲ ਰੇਟ ਕਾਂਸਟੈਂਟ ਇਨਕਰੀਜ਼ ਹੋ ਗਿਆ। ਸੋ ਹੁਣ ਇੱਥੇ ਆਪਣੇ ਕੋਲ ਇਸ ਇਕੁਏਸ਼ਨ ਦੇ ਵਿੱਚ ਇਹ ਕੀ ਹੈ ਤਾਂ ਆਪਣੇ ਕੋਲ ਰੇਟ ਕਾਂਸਟੈਂਟ ਹੈ ਐਂਡ ਕੇ ਕੀ ਹੈ ਆਪਣੇ ਕੋਲ ਰੇਟ ਕਾਂਸਟੈਂਟ ਇਹ ਆਪਣੇ ਕੋਲ ਕੀ ਹੈ ਪ੍ਰੋਪੋਰਸ਼ਨੈਲਿਟੀ ਕਾਂਸਟੈਂਟ। ਸੋ ਆਪਾਂ ਇਹਨੂੰ ਕੀ ਕਹਿ ਸਕਦੇ ਹਾਂ ਫ੍ਰੀਕੁਐਂਸੀ ਫੈਕਟਰ ਵੀ ਕਹਿੰਦੇ ਹਾਂ ਆਪਾਂ ਇਹਨੂੰ ਫ੍ਰੀਕੁਐਂਸੀ ਫੈਕਟਰ। ਈ ਏ ਆਪਣੇ ਕੋਲ ਐਕਟੀਵੇਸ਼ਨ ਐਨਰਜੀ ਹੈ
आर अपने को गैस कांस्टेंट है एंड टी अपने को टेम्परेचर। ओके थैंक यू।